ਝੰਡੀਆਂ ਲੱਗੀਆਂ ਨਾ ਜੇ ਆ ਵੇਖੋ ਮਸਜਿਦ 'ਚ ਵੀ ਲੱਗੀਆਂ ਨੇ, ਬਾਜ਼ਾਰਾਂ 'ਚ ਵੀ, ਗਲੀਆਂ 'ਚ ਵੀ, ਚੌਂਕਾਂ 'ਚ ਵੀ ਝੰਡੀਆਂ ਲੱਗੀਆਂ ਹੁੰਦੀਆਂ ਨੇ। ਅਤੇ ਝੰਡੀਆਂ ਦੇ ਉੱਤੇ ਨਲੈਣ ਪਾਕ ਲੱਗਾ ਹੁੰਦਾ। ਇਹ ਤੁਸੀਂ ਜ਼ਰਾ ਝੰਡੀਆਂ ਵੇਖੋ ਨਾ ਮਸਜਿਦ ਜਿਹੜੀਆਂ ਲੱਗੀਆਂ ਨੇ, ਇਹ ਨਲੈਣ ਪਾਕ ਉੱਤੇ ਹੈ ਕਿ ਨਹੀਂ ਹੈ ਝੰਡੀਆਂ ਦੇ? ਇੱਧਰ ਵੇਖੋ ਜ਼ਰਾ, ਇਹ ਮਸਲੇ ਦੀ ਹਸਾਸੀਅਤ ਨੂੰ ਸਮਝਣਾ ਕਿ ਕਿੱਡਾ ਬਰੀਕ ਗੱਲ ਹੈ। ਕਿਤੇ ਇਸ਼ਕ ਦੇ ਵਿੱਚ ਬੇਅਦਬੀ ਨਾ ਕਰਦੇ ਰਹੀਏ, ਹੈਂ, ਕਿਤੇ ਮਿਲਾਦ ਦੇ ਵਿੱਚ ਅਸੀਂ ਬੇਅਦਬੀ ਨਾ ਕਰਦੇ ਰਹੀਏ, ਕਿਆਮਤ ਵਾਲੇ ਦਿਨ ਫੜੇ ਨਾ ਜਾਈਏ ਕਿ ਤੁਸੀਂ ਕਾਹਦਾ ਇਸ਼ਕ ਅਤੇ ਕਾਹਦਾ ਖੁਸ਼ੀਆਂ ਮਨਾਉਂਦੇ ਰਹੇ। ਬਾਬਾ ਜੀ ਸਾਰੇ ਲੋਕ ਝੰਡੀਆਂ ਲਾਉਂਦੇ ਨੇ, ਝੰਡੇ ਲਾਉਂਦੇ ਨੇ, ਉੱਤੇ ਨਬੀ ਪਾਕ ਦਾ ਨਾਂ ਲਿਖਿਆ ਹੁੰਦਾ, ਝੰਡਿਆਂ 'ਤੇ ਵੀ ਲਿਖਿਆ ਹੁੰਦਾ ਔਰ ਝੰਡੀਆਂ 'ਤੇ ਵੀ ਜਸ਼ਨ ਈਦ ਮਿਲਾਦੁਨ ਨਬੀ ਲਿਖਿਆ ਹੁੰਦਾ। ਉਹ 12 ਰਬੀਉਲ ਅਵਲ ਤੱਕ ਤੇ ਗਲੀਆਂ, ਬਾਜ਼ਾਰ, ਕੂਚੇ, ਮਸਜਿਦਾਂ, ਚੌਂਕ, ਉਹਨਾਂ ਦੇ ਉੱਤੇ ਉਹ ਝੰਡੀਆਂ ਲਾਈਆਂ ਜਾਂਦੀਆਂ ਨੇ ਨਾ ਜੀ, ਝੰਡੀਆਂ ਦੇ ਉੱਤੇ ਨਬੀ ਪਾਕ ਦਾ ਨਾਂ ਹੁੰਦਾ। ਜਿਉਂ ਹੀ 12 ਰਬੀਉਲ ਅਵਲ ਗੁਜ਼ਰਦੀ ਹੈ, ਕਿੱਥੇ ਗਈਆਂ ਝੰਡੀਆਂ? ਜ਼ਮੀਨ 'ਤੇ। ਕਿੱਥੇ ਗਈਆਂ ਝੰਡੀਆਂ? ਪੈਰਾਂ ਥੱਲੇ। ਕਿੱਥੇ ਗਏ ਝੰਡੇ? ਨਾਲੀਆਂ ਵਿੱਚ। ਤੁਸਾਂ ਤਾਂ ਆਪਣੀ ਤਰਫੋਂ ਝੰਡੀਆਂ ਲਾ ਛੱਡੀਆਂ, ਅਗਰ ਲਾਣੀਆਂ ਨੇ ਤਾਂ ਫਿਰ ਉਹਨਾਂ ਨੂੰ ਲਾਓ ਵੀ, ਕਿ ਉਹਦੀ ਬੇਅਦਬੀ ਨਾ ਹੋਵੇ। ਨਬੀ ਪਾਕ ਦਾ ਨਾਂ ਝੰਡੀਆਂ ਝੰਡਿਆਂ 'ਤੇ ਜ਼ਮੀਨ 'ਤੇ ਨਾ ਰੁਲੇ, ਨਬੀ ਪਾਕ ਦਾ ਇਸਮੇ ਮੁਹੰਮਦ ਪੈਰਾਂ ਥੱਲੇ ਨਾ ਆਵੇ। ਉਹ ਯਾਰ, ਕੁਰਾਨ ਦੀ ਇੱਕ ਆਇਤ ਥੱਲੇ ਡਿੱਗੀ ਹੋਵੇ ਤਾਂ ਬੇਅਦਬੀ ਹੈ ਕਿ ਨਹੀਂ ਹੈ? ਅਤੇ ਜਿਸ ਝੰਡੀ 'ਤੇ ਨਬੀ ਪਾਕ ਦਾ ਨਾਂ ਹੋਵੇ, ਜਿਸ ਝੰਡੇ 'ਤੇ ਸਰਵਰੇ ਕਾਇਨਾਤ ਦਾ ਨਾਂ ਹੋਵੇ, ਝੰਡੀਆਂ ਲਾ ਕੇ ਅਸੀਂ ਭੁੱਲ ਗਏ ਹਾਂ। ਉਹ ਫਿਰ ਬਾਰਿਸ਼ਾਂ ਦੇ ਨਾਲ, ਆਂਧੀਆਂ ਦੇ ਨਾਲ, ਹਵਾਵਾਂ ਦੇ ਨਾਲ ਉਹ ਆਪੀ ਖੁਦ ਬਖੁਦ ਉੱਤਰ ਜਾਂਦੀਆਂ ਨੇ, ਉਹ ਰੋਡ 'ਤੇ ਪਈਆਂ ਹੁੰਦੀਆਂ। ਇਹ ਤੁਸੀਂ ਵੇਖ ਲਿਓ, 13 ਰਬੀਉਲ ਅਵਲ ਨੂੰ ਤੁਸੀਂ ਹਾਲ ਵੇਖਿਓ। ਕਿੰਨੇ ਸਮਝਾਉਣਾ ਜੀ, ਕਿੰਨੇ ਗੱਲ ਦੱਸਣੀ ਹੈ ਵੀ ਬੇਅਦਬੀ ਜੇ ਯਾਰ, ਇਹ ਗੁਸਤਾਖੀ ਜੇ, ਨਬੀ ਪਾਕ ਦੇ ਨਾਂ ਦੀ ਅਗਰ ਤੁਸੀਂ ਝੰਡੀਆਂ ਲਾਉਣੀਆਂ ਨਾ, ਉਹਦਾ ਹੱਲ ਹੈ, ਹਰ ਮਸਲੇ ਦਾ ਹੱਲ ਹੁੰਦਾ। ਤੁਸੀਂ ਕੋਸ਼ਿਸ਼ ਕਰੋ ਕਿ ਝੰਡੀ ਸਾਦੀ ਹੋਵੇ। ਇੱਧਰ ਵੇਖੋ, ਝੰਡੀ ਕਿਸ ਤਰ੍ਹਾਂ ਦੀ ਹੋਵੇ? ਸਾਦੀ ਹੋਵੇ, ਝੰਡਾ ਜਿਹੜਾ ਸਾਦਾ ਹੋਵੇ, ਉਹਦੇ 'ਤੇ ਨਾਂ ਨਲੈਣ ਪਾਕ ਦਾ ਨਕਸ਼ਾ ਹੋਵੇ, ਉਹਦੇ 'ਤੇ ਨਾਂ ਨਬੀ ਪਾਕ ਦਾ ਨਾਂ ਹੋਵੇ, ਉਹਦੇ 'ਤੇ ਨਾ ਕਿਸੇ ਆਲਾ ਸ਼ਖਸੀਅਤ ਦਾ ਨਾਂ ਹੋਵੇ, ਪਾਕ ਜ਼ਾਤਾਂ ਦਾ ਨਾਂ ਹੋਵੇ, ਨਾ ਅੱਲਾ ਲਿਖਿਆ ਹੋਵੇ, ਨਾ ਮੁਹੰਮਦ ਲਿਖਿਆ ਹੋਵੇ। ਇੰਜ ਦੀ ਝੰਡੀ ਲਾਵੋ ਕਿ ਅਗਰ ਥੱਲੇ ਡਿੱਗ ਵੀ ਜਾਏ ਤਾਂ ਬੇਅਦਬੀ, ਬੋਲੋ ਬੇਅਦਬੀ ਨਾ ਹੋਵੇ। ਅਤੇ ਨਾਂ ਦੀਆਂ ਝੰਡੀਆਂ ਲਾਉਣੇ ਤੋਂ ਬਿਹਤਰ ਤੁਸੀਂ ਨਾਂ ਲਾਓ। ਕਿਉਂ ਬੇਅਦਬੀ? 12 ਰਬੀਉਲ ਅਵਲ ਤੋਂ ਪਹਿਲਾਂ ਮੁੰਡੇ ਸ਼ੌਕ ਨਾਲ ਲਾ ਲੈਂਦੇ ਨੇ ਜੀ, ਗਲੀ ਸਜਾਉਂਦੇ ਪਿਆ ਜੀ, ਬਾਜ਼ਾਰ ਸਜਾਉਂਦੇ, ਲੋਕ ਸਜਾਉਂਦੇ ਨੇ, ਸਜਾਉਣਾ ਚਾਹੀਦਾ, ਅਸੀਂ ਨਹੀਂ ਆਉਂਦੇ ਨਾ ਸਜਾਓ, ਲੇਕਿਨ ਵੇਖੋ ਵੀ ਕਿਸੇ ਕੰਮ ਵਿੱਚ ਬੇਅਦਬੀ ਤਾਂ ਨਹੀਂ ਹੋ ਰਹੀ? ਕੋਈ ਐਸੀਆਂ ਝੰਡੀਆਂ ਜਿਹੜੀਆਂ ਜ਼ਮੀਨ 'ਤੇ ਡਿੱਗਦੀਆਂ ਪਈਆਂ ਨੇ, ਗੁਨਾਹ ਕਿਹਨੂੰ ਹੈ ਲਾਉਣ ਵਾਲੇ ਨੂੰ? ਬੋਲੋ ਕਿਹਨੂੰ ਗੁਨਾਹ ਹੈ? ਮੈਂ ਜੋ ਝੰਡੀਆਂ ਦੀ ਇੱਕ ਲੜੀ ਲਾਈ ਹੈ ਅਤੇ ਮੈਂ ਲਾਈ ਨਹੀਂ, ਤੋ ਥੱਲੇ ਡਿੱਗ ਪਈ ਹੈ, ਤਾਂ ਮੁਜਰਮ ਤਾਂ ਮੈਂ, ਕਿਉਂਕਿ ਮੈਂ ਲਾਈਆਂ ਨੇ। ਇਸ ਵਾਸਤੇ ਬਿਹਤਰ ਅਮਲ ਇਹ ਵੇ, ਬਿਹਤਰ ਤਰੀਕਾ ਇਹ ਵੇ ਕਿ ਬਿਲਕੁਲ ਸਾਦੀ ਝੰਡੀ ਹੋਵੇ, ਅਗਰ ਝੰਡਾ ਵੀ ਲਾਉਣਾ ਤਾਂ ਬਿਲਕੁਲ ਸਾਦਾ, ਅਤੇ ਇਹ ਜਿਹਦੇ ਉੱਤੇ ਨਾਂ ਲਿਖਿਆ ਹੋਵੇ ਨਾ ਨਬੀ ਪਾਕ ਦਾ, ਫਿਰ ਉਹਨੂੰ ਅਦਬ ਨਾਲ ਚੁੱਕੋ। ਕੀ ਕਰੋ? ਅਦਬ ਨਾਲ ਚੁੱਕੋ। ਅਗਰ ਰਸਤੇ ਵਿੱਚ ਜਾਂਦਿਆਂ ਕੋਈ ਝੰਡੀ ਥੱਲੇ ਡਿੱਗੀ ਹੈ, ਕੋਈ ਝੰਡਾ ਡਿੱਗਿਆ, ਤਾਂ ਉਹਨੂੰ ਚੁੱਕ ਕੇ ਚੁੰਮੋ। ਓਏ ਜੇ ਬਿਸ਼ਰ ਹਾਫੀ ਬਿਸਮਿਲ੍ਲਾ ਨੂੰ ਚੁੱਕ ਕੇ ਚੁੰਮੇ ਤਾਂ ਅੱਲਾ ਸ਼ਰਾਬੀ ਤੂੰ ਵਲੀਆਂ ਦਾ ਇਮਾਮ ਬਣਾ ਛੱਡਦਾ।